ਇੱਕ ਨਵੀਂ ਵਿਆਹੀ ਵੋਟੀ ਜਿਸਦੇ ਹੱਥ ਦਾ ਚੂੜਾ ਵੀ ਨਹੀਂ ਸੀ ਉਤਰਿਆ। ਉਸਦੇ ਸਹੁਰੇ ਪਰਿਵਾਰ ਵੱਲੋਂ ਉਸਦੇ ਕਾਲੇ ਰੰਗ ਨੂੰ ਲੈ ਕੇ ਉਸਨੂੰ ਮਿਹਣੇ ਮਾਰੇ ਜਾਂਦੇ ਸੀ ਤੇ ਚੰਗਾ ਮਾੜਾ ਕਿਹਾ ਜਾਂਦਾ ਸੀ। ਇੱਥੋਂ ਤੱਕ ਕਿ ਉਸਦੇ ਹੱਥ ਦੀ ਰੋਟੀ ਵੀ ਨਹੀਂ ਸੀ ਖਾਂਦਾ ਕੋਈ। ਉਸਨੂੰ ਰੋਟੀ ਵੀ ਨਹੀਂ ਬਣਾਉਣ ਦਿੱਤੀ ਜਾਂਦੀ ਸੀ ਕਿਉਂਕਿ ਉਸਦਾ ਰੰਗ ਸਾਵਲਾ ਹੈ। ਉਸਦੇ ਹਾਲਾਤ ਇਸ ਤਰ੍ਹਾਂ ਬਣਾ ਦਿੱਤੇ ਗਏ ਕਿ ਉਸਦੇ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਿੱਤੀ ਗਈ। ਵਿਆਹ ਨੂੰ ਮਹਿਜ 3 ਹੀ ਮਹੀਨੇ ਹੋਏ ਸੀ। ਸਹੁਰੇ ਪਰਿਵਾਰ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ। 3 ਦਿਨ ਪਹਿਲਾਂ ਹੀ ਉਸਦਾ ਸਹੁਰਾ ਤੇ ਦਿਓਰ ਉਸਨੂੰ ਪੇਕੇ ਘਰ ਦੇ ਬਾਹਰ ਹੀ ਛੱਡ ਕੇ ਚਲੇ ਗਏ। ਕੁੜੀ ਦੇ ਘਰਦਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ। ਨਿਰਮਲ ਕੌਰ ਜੀ, ਇਹ ਵੀਰੇ ਸਹੁਰਿਆਂ ਦੇ ਵੱਲੋਂ ਟੋਰਚਰ ਕੀਤਾ ਜਾਂਦਾ ਸੀਗਾ ਦਾਜ ਪ੍ਰਥੀ ਤੇ ਕੋਈ ਇਸ ਰੰਗ ਸਾਵਲਾ ਹੋਣ ਕਰਕੇ ਨਨਾਣ ਇਹਦੀ ਨਨਾਣ ਸੀ ਇੱਕ ਤੇ ਸਹੁਰਾ ਪਰਿਵਾਰ ਸੀ ਸਾਰਾ ਹੀ ਮੰਨ ਕੇ ਚਲੋ। ਇਹਨੇ ਤਕਰੀਬਨ 4 ਮਹੀਨੇ ਪਹਿਲਾਂ ਹੋਇਆ ਸੀ। ਇਹੀ ਕਰਦੇ ਹਾਂ ਜਿਵੇਂ ਉਹਨੇ ਅੱਕੀ ਨੇ ਵੀ ਕਿਸੇ ਕੋਈ ਛਾਲ ਮਾਰੀ ਇਸ ਤਾਂ ਇਨਸਾਫ ਚਾਹੀਦਾ ਜੀ। ਉਹ ਦੱਸਦੇ ਰਹੇ ਅਸੀਂ ਵੇਚਦੀ, ਫਿਰ ਅਸੀਂ ਕਿਹਾ ਸਮਝਾ ਕੇ ਵੀ ਆਉਂਦੇ ਰਹੇ ਘਰੇ ਉਹਨਾਂ ਦੇ ਜਾ ਕੇ, ਫਿਰ ਉਹ ਕਹਿੰਦੇ ਸਿਆਂ ਸਾਡੀ ਹੁਣ ਜ਼ਿੰਮੇਵਾਰੀ। ਉਹਦਾ ਸਹੁਰਾ ਕਹਿੰਦਾ ਸੀ ਮੇਰੀ ਜ਼ਿੰਮੇਵਾਰੀ ਹੈ, ਹੁਣ ਨਹੀਂ ਹੋਊਗਾ ਜਾਂ ਕੰਮ ਨਹੀਂ ਹੁੰਦਾ। ਫਿਰ ਵੀ ਉਹ 10-15 ਦਿਨਾਂ ਬਾਅਦ ਜਿਵੇਂ ਰਾਤ ਨੂੰ ਮੈਨੂੰ ਫੋਨ ਲੈਂਦੇ ਸੀ ਵੀ ਮੇਰੇ ਚਪੇੜ ਮਾਰੀ ਹੈ, ਇਸ ਤਰ੍ਹਾਂ ਰਾਤ ਨੂੰ 12-12 ਵਜੇ ਤੇ ਰਾਤ ਨੂੰ ਸੁਸਾਈਡ ਮਤਲਬ ਵੀ ਛੱਡਣ ਆਏ ਸੀ। ਮਤਲਬ ਵੀ ਇੱਕ ਬ੍ਰਦਰ ਉਹਦਾ ਭੈਣ ਦਾ ਤੇ ਇੱਕ ਉਹਦੇ ਮਤਲਬ ਘਰ ਵਾਲਾ, ਉਹ ਛੱਡਣ ਆਏ ਸੀ ਸੁਬਾਹ ਵੀ। ਉਹਨੇ ਦੱਸਿਆ ਸੀ ਸ਼ਾਮ ਨੂੰ ਮੈਨੂੰ ਵੀ ਇਸ ਤਰ੍ਹਾਂ ਕਰਕੇ, ਫਿਰ ਉਸ ਤਰ੍ਹਾਂ ਕਰਦੇ ਆ ਦੁਬਾਰਾ ਤੋਂ। ਮੈਂ ਕੋਈ ਗੱਲ ਨਹੀਂ, ਸਵੇਰੇ ਆਪਾਂ ਗੱਲ ਕਰਾਂਗੇ ਉਹਨਾਂ ਨੂੰ ਬੁਲਾ ਕੇ ਇੱਥੇ ਬੁਲਾ ਕੇ। ਉਹ ਇਹਦੀ ਤਕਰੀਬਨ ਮਤਲਬ ਵੀ ਟੈਨਸ਼ਨ ਚੱਲਦੀ ਰਹੀ ਦਿਮਾਗ 'ਚ, ਕੀ ਪਤਾ ਨਹੀਂ ਕੀ ਸੋਚਦੀ ਰਹੀ। ਸੁਬਹਾ ਉਹਨਾਂ ਨੇ 6 ਵਜੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਭਰਾ ਨੇ ਅਤੇ ਉਹਦੇ ਜੀਜੇ ਨੇ ਜਿਹੜਾ ਸੀਗਾ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਕਰਕੇ ਉਹਨੇ ਇਹ ਸੋਚ ਲਿਆ ਬਸ ਮੈਨੂੰ ਮਗਰੋਂ ਲਾਉਣ ਆਏ ਆ ਬਸ, ਇਸ ਕਰਕੇ ਉਹਨੇ ਸੁਬਹਾ ਸਾਨੂੰ ਦੱਸਿਆ ਨਹੀਂ। 6 ਵਜੇ ਸਾਨੂੰ ਨਾ ਪਤਾ ਸੀ ਕਿਧਰੇ, ਅਸੀਂ ਇੱਧਰ ਉੱਧਰ ਵੇਖਦੇ ਰਹੇ, ਪਰ ਉਹ ਫਿਰ ਉਹ ਚੱਪਲਾਂ ਅਤੇ ਚੁੰਨੀ ਨਹਿਰ ਤੋਂ ਮਿਲੀ, ਉਹ ਮਲੂਕਾ ਨਹਿਰ ਕੇਰਾ ਖੇੜਾ ਪੁਲ ਤੋਂ ਹੀ ਇੱਥੇ ਮਿਲੀ ਹੈ ਜੀ, ਆਪਣੇ ਬਾਵਲ ਵਾਲੇ ਪੁਲ ਤੋਂ ਹੀ। ਉਹ ਇਹ ਕੁੜੀ 3 ਮਹੀਨੇ ਪਹਿਲਾਂ ਵਿਆਹੀ ਸੀ ਜੀ ਮੋਗੇ। ਅੱਛਾ। ਅਤੇ ਬਸ ਘਰੇ ਉਹ ਕਲੇਸ਼ ਰੱਖਦੇ ਸੀਗੇ, ਕਦੇ ਕਹਿੰਦੇ ਸੀ ਕਾਲੀ ਹੈ, ਕਦੇ ਕਦੇ ਸੋਹਣੀ ਨਹੀਂ। ਮੰਨ ਲਓ ਜੇ ਸੋਹਣੀ ਹੈ ਨਹੀਂ ਤਾਂ, ਪਰ 3 ਮਹੀਨੇ ਪਹਿਲਾਂ ਕਾਹਤੋਂ ਵੇਖ ਕੇ ਗਈ ਹੈ, ਪਰ ਉਹਨਾਂ ਨੇ ਪਹਿਲਾਂ ਦੇਖਣਾ ਸੀ ਇਹ ਗੱਲ। ਬਾਅਦ 'ਚੋਂ ਉਹਨਾਂ ਕੁੜੀ ਦਾ ਕੁੱਟਮਾਰ ਕੀਤੀ ਹੈ, ਟੋਰਚਰ ਵੀ ਕਰਦੇ ਰਹੇ ਹੈ, ਅਤੇ ਉਸ ਤੋਂ ਬਾਅਦ ਕੁੜੀ ਨੂੰ ਇੱਥੇ ਛੱਡ ਕੇ ਛੱਡਣ ਆਏ ਸੀਗੇ। ਕੁੜੀ ਨੇ ਦੁਖੀ ਹੋ ਕੇ ਅਤੇ ਨਹਿਰ ਛਾਲ ਮਾਰ, ਕੁੜੀ ਦਾ ਨਾਂ ਨਿੰਮੇ ਆ ਜੀ। ਵੈਸੇ ਘਰੇ ਨਿੰਮੇ ਕਹਿੰਦੇ ਆ, ਵੈਸੇ ਮੈਨੂੰ ਪੱਕਾ ਤਾਂ ਨਹੀਂ ਪਤਾ ਕਾਗਜ਼ ਕੀ ਪਤਾ ਹੈ, ਪਤਾ ਨਹੀਂ ਜੀ। ਹੁਣ ਉਹਨਾਂ ਨੂੰ ਪਤਾ ਜ਼ਿਆਦਾ, ਉਹਦੇ ਘਰ ਵਾਲੇ ਨੂੰ ਪਤਾ ਹੋਣਾ, ਉਹ ਜਿਹੜੀ ਮਰਨ ਵਾਲੀ ਉਹ ਤਾਂ ਮਰ ਗਈ, ਉਹਦੇ ਘਰ ਵਾਲੇ ਨੂੰ ਪਤਾ ਵੀ ਕੀ ਗੱਲ ਸੀ। ਲਾਸ਼ ਮਿਲੀ ਹੈ ਜੀ ਆਪਣੇ ਕਾਲ ਟਿੱਬੇ ਤੋਂ, ਜਿਹੜੀ ਸੜਕ ਆਉਂਦੀ ਸਿੰਗਲ ਰੋਡ ਸੁਬਹਾ 8 ਵਜੇ ਦੱਸਦੇ ਜੀ। ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਛਾਲ ਮਾਰੂਗੀ, ਮੰਨ ਲਓ ਵੀ ਘਰੋਂ ਨਿਕਲੀ ਹੈ, ਅਗਲਾ ਪੁੱਛ ਹੀ ਲੈਂਦਾ ਵੀ ਕਿਹਦੀ ਹੈ। ਉਹ ਕਹਿੰਦੇ ਸੀ ਮੈਂ ਮੰਦਰ 'ਤੇ ਚੱਲੀ ਹਾਂ, ਮੰਦਰ ਤੋਂ ਕਹਾਂ ਜੇ ਹੋਰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਅਸੀਂ ਝੋਨਾ ਲਾਉਂਦੇ ਹਾਂ ਉੱਥੇ, ਵੀ ਇਸ ਤਰ੍ਹਾਂ ਬਾਨੇ ਜੇ ਮਾਰ ਮਾਰ ਕੇ ਨਹਿਰ 'ਤੇ ਪਹੁੰਚ ਗਈ। ਅਤੇ ਪਰਿਵਾਰ ਨੇ ਸੋਚਿਆ ਸੀਗਾ ਵੀ ਕਿਤੇ ਮਤਲਬ ਵਿਹੜੇ 'ਚ ਕਿਸੇ ਦੇ ਘਰੇ ਗਈ ਹੋਣੀ, ਮੈਂ ਤਾਏ ਦਾ ਮੁੰਡਾ ਹਾਂ। ਦੇਖੋ ਜੀ, ਪਰਿਵਾਰ ਜੋ ਵੀ ਬਿਆਨ ਲਿਖਿਆ ਗਿਆ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇ ਕਿ ਸਹੁਰਾ ਪਰਿਵਾਰ ਖਿਲਾਫ਼ ਕਾਰਵਾਈ ਦੀ ਮੰਗ ਕਰਦਾ, ਲੇਕਿਨ ਅਜੇ ਬਿਆਨ ਲਿਖਾਉਣਾ ਹੈ ਉਹਨਾਂ। 4 ਮਹੀਨੇ ਹੋ ਗਏ ਵਿਆਹ ਹੀ ਨਹੀਂ, ਉਹ ਕਹਿੰਦੇ ਵੀ ਸਹੁਰਾ ਵਾਲੇ ਨੂੰ ਤੰਗ ਪਰੇਸ਼ਾਨ ਕਰਦਾ ਸੀ, ਲੜਕੀ ਦਾ ਰੰਗ ਕਾਲਾ ਸੀ, ਇਹੋ ਜਿਹੀ ਕੁਛ ਗੱਲਾਂ ਨੇ।